देखो गाना ये हुन बहुत पुरानी ਗੱਲ ਹੋ ਗਈ ਹੈ ਸਾਡੇ ਸਰਕਾਰਾਂ ਤੋਂ ਪਹਿਲਾਂ ਇਹ ਵਾਕਿਆਤ ਹੋਈ ਨੇ ਕੋਟਕਪੂਰਾ ਦੇ ਵਿੱਚ ਵੀ ਬਾਜਾ ਆਪਣੇ ਬਰਗਾੜੀ ਔਰ ਬੇਬਲ ਕਲਾ ਸਾਰੇ ਮੈਂ ਸਮਾਤਾ ਜੇ ਦਿਨ ਹੋਇਆ ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਆਇਆ ਔਰ ਉੱਥੇ ਸਾਡੀ ਗਵਰਨਮੈਂਟ ਨਾਲ ਇਲੈਕਸ਼ਨ ਵੀ ਨਹੀਂ ਨਹੀਂ ਨੇੜੇ ਸੀ ਹੁਣ ਇੰਨੀ ਦੇਰ ਤੋਂ ਅਸੀਂ ਇਹਦਾ ਪਿੱਛਾ ਕਰਦੇ ਆ ਕਿ ਸਚਾਈ ਨਿਕਲਣੀ ਚਾਹੀਦੀ ਹੈ ਕਿ ਬੇਅਦਬੀ ਕਿੱਥੇ ਹੋਈ ਹੈ ਕਿਵੇਂ ਹੋਈ ਹੈ ਕਿਨੇ ਕੀਤੀ ਹੈ ਔਰ ਉਹਦੇ ਵਿੱਚ ਫਿਰ ਜਦੋਂ ਅਸੀਂ ਆਏ ਅਸੀਂ ਜਸ ਅਨਜੀਤ ਸਿੰਘ ਕਮਿਸ਼ਨ ਬਠਿੰਡਾ ਸੀ ਉਹਨਾਂ ਦਾ ਵੀ ਇਹ ਇਹ ਬਠਿੰਡਾ ਸੀ 6 ਜੂਨ 2018 ਨੂੰ ਉਹਨਾਂ ਨੇ ਆਪਣੀ ਰਿਪੋਰਟ ਚ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੀ ਉਹਨਾਂ ਦੇ ਮੰਨ ਦੇ ਵਿੱਚ ਕੀ ਸੀ ਉਸ ਤੋਂ ਬਾਅਦ ਅਸੀਂ ਪੰਜਾਬ ਅਸੈਂਬਲੀ ਨੇ ਰੈਜ਼ੋਲੂਸ਼ਨ ਕੀਤਾ 28 8 ਨੂੰ 28 18 ਨੂੰ ਕਿ ਇਹ ਕਾਗਜ਼ ਵਾਪਸ ਕੀਤੇ ਜਾਣ ਬਾਰ ਬਾਰ ਟਾਲਦੇ ਰਹੇ ਟਾਲਦੇ ਰਹੇ ਔਰ ਟਾਲਣ ਵਾਲਾ ਕੌਣ ਇੱਕ ਥੋੜਾ ਮਨਿਸਟਰ ਬੈਠਾ ਅਕਾਲੀ ਦਲ ਦਾ ਉਥੇ ਅਗਰ ਉਹ ਚਾਹਨੇ ਸੀ ਕੋਈ ਸਾਨੂੰ ਹੈਲਪ ਕਰੇ ਸਾਹਿਬ ਸਿਮਰਤ ਕੋ ਉਕਰਾ ਸਕਦੀ ਸੀ ਵਾਪਸ ਕਿਉਂ ਨਹੀਂ ਉਹਨੇ ਵਾਪਸ ਕਰਾਇਆ ਹੁਣ ਜਦੋਂ ਉਹਨਾਂ ਨੇ ਗਵਰਨਮੈਂਟ ਛੱਡਤੀ ਉਹਦਾ ਮਤਲਬ ਇਹਦਾ ਇਹਨਾਂ ਦਾ ਦਬਾਅ ਸੀ ਕਿ ਉਹਦੋਂ ਕਾਗਜ਼ ਵਾਪਸ ਆਉਣ ਔਰ ਇੱਕ ਵਾਰ ਛੱਡਤੀ ਫਿਰ ਉਹਨਾਂ ਨੇ ਕੋਰਟ ਦਾ ਜਿਹੜਾ ਹੁਕਮ ਆਇਆ ਉਹਨੂੰ ਤਾਮੀਦ ਕਰਦੇ ਹੋਏ ਇਹ ਕਾਗਜ਼ ਸਾਡੇ ਕੋਲ ਵਾਪਸ ਆ ਗਏ ਨੇ ਤਾਂ ਸ਼ੁਕਰ ਕਰੋ ਕਿ ਹੁਣ 4 4 ਸਾਲਾਂ ਬਾਅਦ ਇਹ ਕੰਮ ਹੁਣ ਸਿਰੇ ਪਹੁੰਚਣ ਲੱਗਿਆ ਹੈ ਪਰ ਅਸੀਂ ਹੁਣ ਇਹਦੀ ਸ਼ੁਰੂਆਤ ਕਰਾਂਗੇ ਤਾਂ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਆਵਾਜ਼ ਕਮਟੀ ਲਈ ਫਰੋਜਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ ਉਹਦਾ ਅੰਤ ਵਿੱਚ ਆਪਾਂ ਇਸ ਨੂੰ ਸਿਰੇ ਚੜਾ ਕੇ ਛੱਡਾਂਗੇ ਔਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਅਸੀਂ ਬਖਸ਼ ਨਹੀਂ ਕੋ ਗੱਲਾਂ ਇਹ ਹੁਣ ਬਹੁਤ ਪੁਰਾਣੀ ਗੱਲ ਹੋ ਗਈ ਹੈ ਸਾਡੇ ਸਰਕਾਰਾਂ ਤੋਂ ਪਹਿਲਾਂ ਇਹ ਵਾਕਿਆਤ ਹੋਈ ਨਹੀਂ ਕੋਟਕਪੂਰਾ ਦੇ ਵਿੱਚ ਵੀ ਬਾਜਾ ਆਪਣੇ ਬਰਗਾੜੀ ਔਰ ਬੇਬਲ ਕਲਾ ਸਾਰੇ ਮੈਂ ਸਮਝਾਤਾ ਜੇ ਦਿਨ ਹੋਇਆ ਉਸ ਤੋਂ ਬਾਅਦ ਮੈਂ ਉੱਥੇ ਜਾ ਕੇ ਆਇਆ ਹਾਂ ਔਰ ਉੱਥੇ ਸਾਡੀ ਗਵਰਨਮੈਂਟ ਸਾਡੇ ਇਲੈਕਸ਼ਨ ਵੀ ਨਹੀਂ ਲੈਣੇ ਨੇ ਇਹਦੇ ਸੀ ਹੁਣ ਇੰਨੀ ਦੇਰ ਤੋਂ ਅਸੀਂ ਇਹਦਾ ਪਿੱਛਾ ਕਰਦੇ ਆ ਕਿ ਸਚਾਈ ਨਿਕਲਣੀ ਚਾਹੀਦੀ ਹੈ ਕਿ ਬੇਅਦਬੀ ਕਿੱਥੇ ਹੋਈ ਹੈ ਕਿਵੇਂ ਹੋਈ ਹੈ ਕਿਹਨੇ ਕੀਤੀ ਹੈ ਔਰ ਉਹਦੇ ਵਿੱਚ ਫਿਰ ਜਦੋਂ ਅਸੀਂ ਆਏ ਅਸੀਂ ਜਸ ਜਸ ਅੰਜੀਤ ਸਿੰਘ ਕਮਿਸ਼ਨ ਬਠਿੰਡਾ ਸੀ ਉਹਨਾਂ ਦਾ ਵੀ ਇਹ ਇਹ ਬਠਿੰਡਾ ਸੀ 6 ਜੂਨ 2018 ਨੂੰ ਉਹਨਾਂ ਨੇ ਆਪਣੀ ਰਿਪੋਰਟ ਚ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੀ ਉਹਨਾਂ ਦੇ ਮੰਦੇ ਵਿੱਚ ਕੀ ਸੀ ਉਸ ਤੋਂ ਬਾਅਦ ਅਸੀਂ ਪੰਜਾਬ ਅਸੈਂਬਲੀ ਨੇ ਰੈਜ਼ੋਲੂਸ਼ਨ ਕੀਤਾ 28 8 ਨੂੰ 28 18 ਨੂੰ ਕਿ ਇਹ ਕਾਗਜ਼ ਵਾਪਸ ਕੀਤੇ ਜਾਣ ਬਾਰ ਬਾਰ ਟਾਲਦੇ ਰਹੇ ਟਾਲਦੇ ਰਹੇ ਔਰ ਟਾਲਣ ਵਾਲਾ ਕੌਣ ਇੱਕ ਥੋੜਾ ਮਿਨਿਸਟਰ ਬੈਠਾ ਅਕਾਲੀ ਦਲ ਦਾ ਉਥੇ ਅਗਰ ਉਹ ਚਾਹਣ ਸੀ ਕੋਈ ਤੁਹਾਨੂੰ ਹੈਲਪ ਕਰੇ ਸਾਹਿਬ ਸਿਮਰਤ ਕੋ ਉਹ ਕਰਾ ਸਕਦੀ ਸੀ ਵਾਪਸ ਕਿਉਂ ਨਹੀਂ ਉਹਨੇ ਵਾਪਸ ਕਰਾਇਆ ਹੁਣ ਜਦੋਂ ਉਹਨਾਂ ਨੇ ਗਵਰਨਮੈਂਟ ਛੱਡਤੀ ਉਹਦਾ ਮਤਲਬ ਇਹਦਾ ਇਹਨਾਂ ਦਾ ਦਬਾਅ ਸੀ ਕਿ ਉਹਦੋਂ ਕਾਗਜ਼ ਵਾਪਸ ਆਉਣ ਔਰ ਇੱਕ ਵਾਰ ਛੱਡਤੀ ਫਿਰ ਉਹਨਾਂ ਨੇ ਕੋਰਟ ਦਾ ਜਿਹੜਾ ਹੁਕਮ ਆਇਆ ਉਹਨੂੰ ਤਾਮੀਦ ਕਰਦੇ ਹੋਏ ਇਹ ਕਾਗਜ਼ ਸਾਡੇ ਕੋਲ ਵਾਪਸ ਆ ਗਏ ਨੇ ਤਾਂ ਸ਼ੁਕਰ ਕਰੋ ਕਿ ਹੁਣ 4 4 ਸਾਲਾਂ ਬਾਅਦ ਇਹ ਕੰਮ ਹੁਣ ਸਿਰੇ ਪਹੁੰਚਣ ਲੱਗਿਆ ਹੈ ਪਰ ਅਸੀਂ ਹੁਣ ਇਹਦੀ ਸ਼ੁਰੂਆਤ ਕਰਾਂਗੇ ਤਾਂ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਅਗੇ ਤੇ ਗੋਲੀਆਂ ਚਲਾਈਆਂ ਨੇ ਲੋਕਾਂ ਨੂੰ ਜਾਨਾ ਗਈਆਂ ਨੇ ਉਹਦਾ ਅੰਤ ਵਿੱਚ ਆਪਾਂ ਇਸ ਨੂੰ ਸਿਰੇ ਚੜਾ ਕੇ ਛੱਡਾ ਤੇ ਉਹ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਅਸੀਂ ਬਖਸ਼ਣਾ ਹੈ